جناب منتظر مہدی صاحب بغیر کسی انتظار کے جناب منتظر مہدی صاحب. سونا اعلان کرایا جی میرا. اعوذ باللہ من الشیطان الرجیم. بسم اللہ سامنے آؤ نا جشن منائیے ہوں. آؤ تھوڑا تو بھی اگے آؤ آ جاؤ آ جاؤ میرے جڑے پانچ تین مانتے پانچ منٹ کا تم اگے آ جاؤ تھی بھی اگر تمہوں نیندر نہیں ہے چاچا جی مہربانی کرے جی امام زمانہ جتنے قدم ٹورے ہو مالک ایسا اجر عظیم عطا فرما. بابا جی جشن بابا سکلین شاہ صاحب کا پرخلوص رہے تمام امام حسین علیہ السلام جناب عباس اپنی دربار مستجا فرما قصیدے جناب نو دو ترے سنائیے. اچھا تسی قابو ہو کے بولو. ਇੱਕ ਅਲਮਾ ਦੀ ਪਹਿਚਾਨ ਬਣਿਆ ਇੱਕ ਸਹਰਾ ਦਾ ਸੁਖ ਚੈਨ ਇੱਕ ਪੀਰ ਨੂੰ ਆਖਣ ਗਾਜ਼ੀ ਮੈਂ ਹੁਸੈਨ ਰੱਬ ਜੈਦੇ ਬੂਹੇ ਉੱਤੇ ਦੁਨੀਆ ਛੁਕਾਈ ਰੱਬ ਜੈਦੇ ਬੂਹੇ ਉੱਤੇ ਦੁਨੀਆ ਛੁਕਾਈਏ ਇੱਕ ਅਬਾਸ ਤੇ ਦੂਸਰਾ ਹੁਸੈਨ ادھر آئے نا توں سیٹی مارنا باری. بابا جی قصیدہ میں اے پیچھے جشن پڑھ کے آ رہے ہیں بید لگوئے امام حسین تے جناب عباس دا ظہور مبارک ہوئے. میں شاہ جی کوئی یہ نہیں ویکھنا کہ میں لیٹ ہو گیا بندے چلے گئے نے. میں جن بندے بیٹھے ہیں میں انہوں راضی کر کے تے پھر لاؤن لینا ٹھیک ہے. دیوانہ صاحب تسی کتے چلے ہو اچھا اج ہسنا ثواب ہے ٹھیک. میں ایک لائن مولا غازی بابا جی ایک لائن سرکار امام حسین پڑھا رب جیندے بوہے اتے دنیا چھکائی ایک عباس ہے تے دوسرا حسین ہے جنا نام زندگی آلیاں نے لئی ایک عباس تے دوسرا حسین.
ਸਕਦੀ ਹੋਵੇ ਜੀ। ਅਸਮਤ ਮੌਲਾ ਗਾਜ਼ੀ ਇਮਾਮ ਹੁਸੈਨ ਬਾਦਸ਼ਾਹ ਇੱਕ ਨਾ ਲਿਖੇੜਨਾ ਵੀ ਨਬੀ ਦੀ ਨਮਾਜ਼ ਹੈ। ਕਿਆ ਬਾਤ ਹੈ, ਹੱਥ ਇਮਾਮ ਜ਼ਮਾਨਾ ਦੇ ਖਤਮਾ ਤੇ ਲੱਗਣ, ਤੁਹਾਡੀ ਕਿਆ ਬਾਤ ਹੈ। ਇੱਕ ਨਾ ਲਿਖੇੜਨਾ ਵੀ ਨਬੀ ਦੀ ਨਮਾਜ਼ ਹੈ, ਇੱਕ ਹੈ ਦੁਆ ਨਾਲੇ ਸਹਾਰਾ ਦਾ ਰਾਜ਼ ਹੈ। ਕਿਆ ਬਾਤ ਹੈ, ਨਾ ਹੱਥਾਂ ਨੂੰ ਸਲਾਮ ਹੈ ਬਾਬਾ ਜੀ। ਇੱਕ ਨਾ ਲਿਖੇੜਨਾ ਵੀ ਨਬੀ ਦੀ ਨਮਾਜ਼ ਹੈ, ਇੱਕ ਹੈ ਦੁਆ ਨਾਲੇ ਸਹਾਰਾ ਦਾ ਰਾਜ਼ ਹੈ। ਲੱਜ ਇਸ ਰਾਮ ਦੀ ਜਿਨ੍ਹਾਂ ਨੇ ਬਚਾਈਏ, ਇੱਕ ਅਬਾਸ ਹੈ ਤੇ ਦੂਸਰਾ ਹੁਸੈਨ। ਬਾਬਾ ਜੀ ਇੱਥੇ ਆਓ ਨਾ, ਜ਼ਰਾ ਇੱਥੇ ਮੇਰੇ ਕੋਲ ਆਓ ਨਾ, ਤੁਹਾਨੂੰ ਮੌਲਾ ਅਲੀ ਦਾ ਵਾਸਾ ਜੀ, ਇੱਥੇ ਮੇਰੇ ਕੋਲ ਆਓ। ਇਹ ਜਿਹੜੇ ਖਲੋਤੇ ਨੇ ਬੰਦੇ ਬਾਹਰ, ਤੁਹਾਨੂੰ ਵੀ ਬੀਬੀ ਦਾ ਵਾਸਾ ਜੀ ਅੰਦਰ ਆ ਕੇ ਪਵੋ। ਜਿਹੜਾ ਨਾ ਅੰਦਰ ਆਇਆ ਉਹਨੂੰ ਬੀਬੀ ਆਪ ਪੁੱਛ ਲੈਣਾ, ਚਲੋ ਜ਼ਿੰਦਗੀ ਹੋਵੇ ਜੇ। ਅੱਛਾ ਨਹੀਂ, ਡਿਊਟੀ ਨਹੀਂ, ਮੈਂ ਤੁਹਾਨੂੰ ਇੱਕ ਕਸੀਦਾ ਸੁਣਾਉਣਾ, ਕਿਉਂਕਿ ਤੁਸੀਂ ਸਾਹਿਬੇ ਸੁਖਨ ਹੋ ਅਤੇ ਜ਼ਾਕਰੀ ਮਿਜ਼ਾਜ ਨੂੰ ਸਮਝਦੇ ਹੋ। ਅਸਮਤ ਮੌਲਾ ਗਾਜ਼ੀ ਸ਼ਾਹ ਜੀ, ਅਸਮਤ ਇਮਾਮ ਹੁਸੈਨ, ਪੜਾ ਸ਼ੇਰ, ਪੜਾ ਸ਼ੇਰ। ਬੋਲਦਾ ਹੁਸੈਨ ਸਾਨੂੰ ਨਬੀ ਲੱਗਦਾ ਏ, ਲੜਦਾ ਏ ਗਾਜ਼ੀ ਜਦੋਂ ਅਲੀ ਲੱਗਦਾ ਏ। ਮਾਲਿਕ ਸਲਾਮਤ, ਕਿਆ ਬਾਤ ਹੈ ਬਾਬਾ ਜੀ। ਜ਼ਿੰਦਗੀ ਹੋਵੇ ਜੀ। ਬੋਲਦਾ ਹੁਸੈਨ ਸਾਨੂੰ ਨਬੀ ਲੱਗਦਾ ਏ, ਲੜਦਾ ਏ ਗਾਜ਼ੀ ਜਦੋਂ ਅਲੀ ਲੱਗਦਾ ਏ। ਸ਼ਕਲ ਮੁਨਾਫਕਾਂ ਦੀ ਜਿਨ੍ਹਾਂ ਨੇ ਵਿਖਾਈਏ, ਇੱਕ ਅਬਾਸ ਹੈ ਤੇ ਦੂਸਰਾ ਹੁਸੈਨ ਹੈ। ਪੜ੍ਹੀਏ ਕਸੀਦਾ ਇੱਕ ਹੋਰ, ਕਿ ਯੇ ਜਸ਼ਨ ਯੇ ਮਿਲਾਦ ਯੇ ਮਹਿਫਿਲ ਹੈ ਮੁਕੱਦਸ, ਅਗਰ ਤੁਮ ਵੀ ਹਲਾਲੀ ਹੋ ਤੋ ਇਸ ਬਸ ਮੇ ਆਓ, ਤੁਮਕੋ ਵੀ ਯਾਦ ਹੈ ਤਰੀਖੇ ਵਿਲਾਦਤ, ਤੁਮ ਵੀ ਆਪਣੇ ਬਜ਼ੁਰਗਾਨ ਕਾ ਜਸ਼ਨ ਮਨਾਓ। ਕਸੀਦਾ ਇੱਕ ਬਾਬਾ ਜੀ, ਹੁਕਮ ਦੀ ਤਮੀਲ ਨਾਲ ਦੋ ਸ਼ੇਰ, ਉਹਦੇ ਬਾਅਦ ਜਿਸ ਕਸੀਦੇ 'ਤੇ ਗੋਲਡ ਮੈਡਲ ਮਿਲਿਆ ਏ ਬਾਬਾ ਤਨਵੀਰ ਸ਼ਾਹ ਨੂੰ, ਅੱਜ ਉਹ ਕਸੀਦਾ ਸੁਣਾ ਕੇ ਉਹਦੇ ਬਾਅਦ ਕਸੀਦਾ ਇੱਕ ਹੋਰ, ਫਿਰ ਤਬੀਅਤ ਬਣ ਗਈ ਇੱਕ ਹੋਰ, ਬਸ ਲੈ ਚਾਚਾ ਫੋਰ ਹੋ ਗਏ। ਤੁਨਾ ਸਜਦੇ ਗਵਾ ਬੈਠੇ ਹੋ, ਜਿਹੜੇ ਹੱਥ ਉੱਠੇ ਨੂੰ ਬੈਠੇ ਹੋ, ਤੁਨਾ ਸਜਦੇ ਗਵਾ, ਪਿਛਲੇ ਸੁਣਦੇ ਬੈਠ, ਤੁਨਾ ਸਜਦੇ ਗਵਾ, ਤੁਨਾ ਸਜਦੇ ਗਵਾ, ਅਜ਼ਾਦਾਰੀ ਚ ਤੁਨਾ ਸਜਦੇ ਗਵਾ, ਅਜ਼ਾਦਾਰੀ ਚ ਖੁਦਾ ਦੇ ਘਰ ਦਾ ਦਿਲ ਹੈ ਘਰ ਹੁਸੈਨ ਦਾ। ਮਾਲਿਕ ਸਲਾਮਤ ਰੱਖੇ, ਅੱਲਾ ਨਾ ਹੱਥਾਂ ਨੂੰ ਇਮਾਮੇ ਜ਼ਮਾਨਾ ਦੇ ਕਦਮਾਂ ਤੇ ਲਾਵੇ। ਸਿਰ ਚਾਉ ਹਲਾ ਲਿਓ, ਇਸ ਤਾਵਦੋਣੀ ਅਜੇ ਮਹਦੀ ਦੀ ਸੁਣ ਲੈ, ਝੂਠੇ ਆਲੂ ਮਲ ਕੇ ਕੀ ਜੀਣਾ, ਸੱਚਾ ਪੀਰ ਤੂੰ ਚੁਣ ਲੈ। ਖੈਰੁਲ ਵਰਾ ਹਾਜਤ ਰਵਾ, ਮੁਸਤਫਾ ਨੇ ਗਿਆ ਥੋੜੀ ਗੈਰਤ ਜਗਾ, ਕਰਜ਼ ਰੱਬ ਤੇ ਚੜਾ, ਤੁਝੀ ਅਲੀ ਦਾ ਬਣ ਕੇ ਮਾਰ ਹੁਸੈਨ ਦਾ। ਮਾਲਿਕ ਸਲਾਮ, ਕਿਆ ਰੂਹਾਨੀਅਤ ਹੈ, ਇਹਨਾਂ ਹੱਥਾਂ ਨੂੰ ਸਲਾਮ ਹੈ, ਤੁਹਾਡੀ ਵੀ ਕਿਆ ਬਾਤ। ਜ਼ਿੰਦਗੀ ਹੋਵੇ ਜੇ। ਅੱਛਾ ਸਾਦਿਕ ਸ਼ਾਹ ਜੀ, ਲੋਕ ਸਾਡੇ 'ਤੇ ਇਤਰਾਜ਼ ਕਰਦੇ ਨੇ ਬਾਬਾ ਤਨਵੀਰ ਸ਼ਾਹ ਜੀ,
کہ شیعہ قوم ذاکر صاحب جلی تے نہیں ہو گئی؟ پہلے مجلسہ تے اتنا پیسہ اے, جتھوں جتھوں تک سکلین شاہ آندا جلوس آندا ہے اتھوں اتھوں تک لائٹاں لا لیا, یہ پیسہ آندا کتھوں ہے؟ یہ کرنسی آدھی کتھوں ہے؟ مجلسہ ختم ہوندی ہے جشن شروع ہو جاندے. آ تینوں دسیے جس سخی دا سی جشن منانے, نبیال جس بادشاہ جھولا جھولایا اج پیر شیعہ دا جاگتے او حسین ہے آیا سردا جشن عید منا تے سارا سال کھا کریم ہے جہاں تے در حسین دا مالک سلامت رکھے. قصیدہ ہوں جی سونا قصیدے واسطے بابا جی, قصیدہ میں سنا لگا شاہ صاحب جس قصیدے تے حسینی گولڈ میڈل ملے تھوڑیاں دعاواں نال چکشیاں تو کوٹلا حاجی شاہ لئیے تو بابا جی نور دی قلم نہ لکھیا قصیدہ میں جسو کی آلے ہو اتھے حاضری لوانا واجب آئی, واجب نہیں بلکہ اوجب آئی. بابا جی قصیدہ میں امام حسین بادشاہ دی آمد پڑھن نہیں لگا, میں وکھان لگا. طبیعت ہے سناواں قصیدہ. عرش کو سر میں اب نہایا ہے فاطمہ نے بھی سر جھکایا ہے مصطفیٰ مرتضیٰ رکوں میں ہے کیونکہ شبیر آج آیا ہے. عرش کو سر میں اب نہایا ہے فاطمہ نے بھی سر جھکایا ہے مصطفیٰ مرتضیٰ کیا بات ہے میں ہے کیونکہ شبیر آج آیا عرش کو سر میں اب نہایا ہے فاطمہ نے بھی سر جھکایا ہے مصطفیٰ مرتضیٰ رکوں میں ہے کیونکہ شبیر آج آیا ہے. دیکھ کر دل مسکرایا ہے ہر طرف نور کیسا چھایا ہے جسم شبیر کا ہے چھولے میں لائلا خون میں سمایا ہے. زندگی ہوئے جے سیر چاہو حلالیو. بابا تنویر شاہ جی شیر پڑھنا نہیں دلانت نقش کر لگا. امام حسین بادشاہ جھولے دے وچ ہیں, امام حسین بادشاہ جھولے دے وچ ہیں, امام حسن علیہ السلام اگے ودے پھر آ دے رخسار تے بوسا دیتا ہے, پھر آ دے رخسار تے بوسا دے کے کیڑی گل کیتی ہے. ذرا پلکیں اٹھائیے بھیا آیتوں نے طواف کرنا ہے. بات ہے جڑے ہاتھ اٹھے جڑے ہاتھ اٹھے اے ہاتھ مظلوم کربلا دی زرین الماس ہون سر چاو حلالیو. پھر آنے پھر آ دے رخ ساتھ وہ سڑے کے کڑ گل کیتی ہے. ذرا پلکیں اٹھائیے بھیا آیتوں نے طواف کرنا ہے, ذرا پلکیں اٹھائیے بھیا آیتوں نے طواف کرنا ہے. تیرے جھولے کی کبریا آج فطرس کو معاف کرنا ہے. کیا بات ہے کیا بات ہے, نہ ہاتھانو سلام ہے مالک سلام. بسم اللہ کرا بابا جان کیا بات ہے. زندگی دراز ہوئے جے کیا روحانیت ہے. امام حسن علیہ السلام نے رخسار تے بوسا دے کے گڑ گل کیتی ائی. ذرا پلکیں اٹھائیے بھیا آیتوں نے طواف کرنا ہے, ذرا پلکیں اٹھائیے بھیا آیتوں نے طواف کرنا ہے. تیرے جھولے کی کبریائی نے آج فطرس کو معاف کرنا ہے, آج فطرس کو معاف کرنا ہے. یہ سوال آنکھ انبیاء نے سنو اپنا دامن یہاں پھیلایا ہے,
خواب تیری زیارت کا میں نے گھر میں خدا بلایا ہے. کیا بات ہے کیا بات ہے کیا بات ہے. سید اللہ ہاتھوں سلام ہے جڑے ہاتھ بسرا کرابا زندگی آئے جی. پھر بڑا بابا جی لکھ واری پڑھیے لکھ واری پڑھیے. پھر آنے پھر آدھے رخسار دے بوسا لے کے گڑ گل کیتی ہے. ذرا پلکیں اٹھائیے بھیا آئے تو نے طواف کرنا ہے. ذرا پلکیں اٹھائیے بھیا آئے تو نے طواف کرنا ہے. تیرے جھولے کی کبریائی نے آج فطرس کو معاف کرنا ہے. آج فطرس کو معاف کرنا ہے. یہ سوال آنکھ انبیاء نے سنو اپنا دامن یہاں پھیلایا ہے. وقت ہے اب تیری زیارت کا میں نے گھر میں خدا بلایا ہے. اللہ اکبر. میرے تے بی بی دے کرم نے میں ٹائم دا محتاج ذاکر ہی نہیں ہاں. سر چاؤ حلالیو بھائی جان جس زبان تے علی ولی اللہ دی مہر لگی بابا جی امام حسن پیچھے ہٹیں چاچا جی جناب رسول خدا آگے آ گئے جھولے دے کول. پھر آنے جو رخسار تے بوسا دیتا ہی تنویر شاہ جی امام جناب رسول خدا نے پتر دے لب چومے جسو کیا لے لب چومن لب چوم کے پتر دے پاس لے کے گڑے گل کیتی آئی. تو ہے مجھ سے میں آج تجھ سے ہوں. کیا بات ہے کیا بات ہے کیا بات ہے. پتر دے لب چوم کے گڑے گل کیتی آئی. تو ہے مجھ سے میں آج تجھ سے ہوں میری رحمت تیری زبان میں ہے. تو ہے مجھ سے میں آج تجھ سے ہوں میری رحمت تیری زبان میں ہے. کن کی وادی حسین کہتی ہے سورہ فجر تو قرآن میں ہے. سورہ فجر تو قرآن میں ہے. جس میں اترا ہے جانشین میرا اسے دنیا نے سر جھکایا ہے. اب جو باقی ہے چار پنج تن سے ہم نے کعبہ تمہیں بنایا ہے. بال ڈوگ رہے تھے گیا کر مولا دوسرا کرا بابا جی مالک سلامت رکھے. اللہ نہ ہاتھا نہیں لکھ واری پڑھیے لکھ واری پڑھیے. نانے نے لب چومن کو طبیعت لگی جناب دی چاچا جی کو طبیعت لگی جے نانے نے لب چومے پتر دے پاس لے کے کیڑی گل کیتی آئی. تو ہے مجھ سے میں آج تجھ سے ہوں میری رحمت تیری زبان میں ہے. تو ہے مجھ سے میں آج تجھ سے ہوں میری رحمت تیری زبان میں ہے. ان کی وادی حسین کہتی ہے سورہ فجر تو قرآن میں ہے. سورہ فجر تو قرآن میں ہے. جس میں اترا ہے جانشین میرا اسے دنیا نے سر جھکایا ہے. ہم جو باقی ہے چار پنج تن سے ہم نے کعبہ تمہیں بنایا ہے. زندگی ہوئے جی بھائی جان مالک سلامت رکھے. زاجر عزیز تواڑے ہاتھ اٹھنا میرے واسطے بہت بڑی بات ہے. امام زمانہ سلامت رکھے بابا تنویر شاہ جی جناب رسول خدا پیچھے ہٹیں مولا علی اگے آگے. اچھا بھائی جان بھرا نے رخسار تے بہت ساڈی تائی نانے نے لب چومین مولا علی بادشاہ نے امام حسین چھولے چچا کے اپنی ہاں دے نال لا لیا. ہائے 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 ہائے
اپنی حال نال آ کے بابا تنویر شاہ پتر دے پاس ڈیکے کیڑے گل کیتی آئی لوہ کرسی قلم کے خالق پر ساری مخلوق کا یقین ہے تو لوہ کرسی قلم کے خالق پر ساری مخلوق کا یقین ہے تو تیرے قدموں سے رزق جاری ہے واللہ خیر و رازقین ہے تو واللہ خیر و رازقین ہے تو لب یولد کی قسم علی نے تمہیں اپنے سینے سے جب لگایا ہے لگ رہا ہے خدا کے چہرے نے آج اپنے بدن کو پایا ہے اللہ اکبر کیا بات ہے بابا مالک سلامت رکھے لکھ واری پڑھا پتر نو ہاند نہ لا کے کیڑی گل کیتی آئی لوہ کرسی قلم کے خالق پر ساری مخلوق کا یقین ہے تو لوہ کرسی قلم کے خالق پر سارے مخلوق کا یقین ہے تو تیرے قدموں سے رزق جاری ہے واللہ خیر و رازقین ہے تو واللہ خیر و رازقین ہے تو لم یولد کی قسم علی نے تمہیں اپنے سینے سے جب لگایا ہے لگ رہا ہے خدا کے چہرے نے آج اپنے بدن کو پایا بسم اللہ کرا تنویر شاہ جی جس شیر تے فائنل ہو گیا ہے گولڈ میڈل اج لاہوریے دا ہے او شیر پڑھن لگا خدا دی قسم کو 15 to 20,000 دا پنڈال جڑا اپنے پیرا تے کھلو گیا مولا علی بادشاہ پیچھے ہٹین جناب سید آگے آگے ہوئے 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 جناب سید آگے آگے تنویر شاہ جی امام حسین علیہ السلام فرمایا اما خیر تھا تو سا سب تو اخیر تے آئے ہو آکھیا حسین میں کچھ سوچ رہی سا آکھیا ماں کیا سوچ رہے سو آکھیا حسین میری دو انگلوں کے درمیان ویک بابا جی دو انگلیاں کے درمیان ویکیا آکھیا حسین کیا نظر آئی آکھیا اما ایک نورانی جا چہرہ نظر آیا ہوئے ہوئے اما ایک کیڑا چہرہ آئی کون آئی سین مسکرا کے پتر دے پاس ڈے کے کیڑی گل کیتی آئی میں حجاب خدا ہوں لال میرے دل ہے ایسی دعا بھی دے جاؤں لال میرے دل ہے ایسی دعا بھی دے جاؤں جس کی حیبت سے موت ڈرتی ہو وہ وفا کا خدا بھی دے وفا کا خدا بھی دے جاؤں علم لے کر زمین پہ اترے گا وقت میں نے اسے بتایا ہے تجھے آمد کی منہ دکھائی میں میں نے عباس کو دکھایا ہے کیا بات ہے مالا سلام جناب سیدہ سلام پاک سیدہ ازاج رہی عزیز بہت شکریہ بابا بہت شکریہ امام زمانہ سلام بسم اللہ کرا لکھ ہری پڑھیے لکھ ہری پڑھا مالک جناب سیدہ مولا سلامت رکھے کیا بات جی پھر پڑھ دے لیا مسکرا کے کیڑی گل کیتی آئی میں حجاب خدا ہوں لال میرے دل ہے ایسی دعا بھی دے جاؤں میں حجاب خدا ہوں لال میرے دل ہے ایسی دعا بھی دے جاؤں جس کی عیبت سے موت ڈرتی ہو وہ وفا کا خدا بھی دے جاؤں وہ وفا کا خدا بھی دے جاؤں علم لے کر زمین پہ اترے گا وقت میں نے اسے بتایا ہے تجھے آمد کی منہ دکھائی میں میں نے عباس کو دکھایا بسم اللہ کرا
ਸਕਲੈਨ ਸ਼ਾਹ ਜੀ ਹੋ ਮੈਂ ਸ਼ੇਰ ਨਹੀਂ ਸੀ ਪੜ੍ਹਨਾ ਹੁਣ ਤੁਹਾਡੀ ਆਮਦ ਤੇ ਸ਼ੇਰ ਪੜ੍ਹਦਾ ਪਿਆ ਅੱਗੇ ਆ ਕੇ ਬਵੋ ਮੇਰਾ ਫਿਰਾ ਮੇਰੇ ਨਾਲ ਨਾਰਾਜ਼ ਅੱਗੇ ਆ ਕੇ ਬਵੋ ਨਾ ਸ਼ਾਹ ਸਾਹਿਬ ਨਾਰਾਜ਼ ਤਾਂ ਨਹੀਂ ਜ਼ਿੰਦਗੀ ਹੋਵੇ ਜੇ ਸ਼ਾਹ ਜੀ ਪੜ੍ਹਾਂ ਸ਼ੇਰ ਤੁਸੀਂ ਵੀ ਹੱਥ ਖੋਲੋ ਮਤਾਂ ਨਾਰਾ ਲਾਣਾ ਪੈ ਜਾਵੇ ਜਨਾਬ ਰਸੂਲ ਖੁਦਾ ਅੱਗੇ ਵਧੇ ਆਖਿਆ ਹੁਸੈਨ ਇੱਕ ਮਯੂਸ ਖਿੱਤਾ ਤੈਨੂੰ ਮੁਬਾਰਕਬਾਦ ਦੇਵਣ ਆਇਆ ਹਾਏ 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 ਨਾਨਾ ਮੈਂ ਫੈਜ਼ਾ ਮਹਿਸੂਸ ਕਰ ਰਿਹਾ ਕੌਣ ਆਈ ਕਰਬਲਾ ਓਏ ਹੋਏ ਹੋਏ ਡੋਗਰ ਆਖੇ ਨਾਨਾ ਆਵਣ ਦਿਓ ਕਰਬਲਾ ਆਉਂਦੀ ਹੁਸੈਨ ਤੈਨੂੰ ਪਤਾ ਸਵਾ ਲੱਖ ਅੰਬੀਆਂ ਨੇ ਮੇਰੀ ਸਰ ਜ਼ਮੀਨ 'ਤੇ ਕਦਮ ਰੱਖੇ ਮੈਨੂੰ ਆਬਾਦ ਨਹੀਂ ਕਰ ਸਕੇ ਇਮਾਮ ਉਸ ਡੇ ਕੇ ਮੁਸਕਰਾਏ ਇਮਾਮ ਕਰਬਲਾ ਦੇ ਪਾਸ ਡੇ ਕੇ ਆਖਿਆ ਅੱਜ ਦਿਨ ਕਿਹੜਾ ਆਈ ਇਮਾਮ ਫਰਮਾਇਆ ਤਿੰਨ ਸ਼ਬਾਨ ਇਮਾਮ ਫਰਮਾਇਆ ਮੇਰਾ ਤੇਰੇ ਨਾਲ ਵਾਅਦਾ ਹੈ ਵਾਅਦਾ ਕਿਹੜਾ ਕੀਤਾ ਬਾਬਾ ਜੀ ਪਹਿਲੀ ਸੱਤਰ 'ਤੇ ਮੁੱਲ ਪੈ ਜਾਣਾ ਹੈ ਸਕਲੈਨ ਸ਼ਾਹ ਜੀ ਵਾਅਦਾ ਕਿਹੜਾ ਕੀਤਾ ਇਮਾਮ ਆਲੀ ਮੁਕਾਮ ਕਰਬਲਾ ਦੇ ਪਾਸ ਡੇ ਕੇ ਕਿਹੜੀ ਗੱਲ ਕੀਤੀ ਆਈ ਤੇਰੇ ਜ਼ਰਰੋਂ ਸੇ ਸ਼ਮਸ ਨਿਕਲੇਗਾ ਤੇਰੇ ਹਾਏ 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 ਜਿਹੜੇ ਹੱਥ ਉੱਠੇ ਤਾਂ ਹੱਥ ਹੀ ਮਾਮੇ ਜ਼ਮਾਨਾ ਦੇ ਕਦਮਾਂ 'ਤੇ ਲੱਗਾ ਸਿਰ ਚਾਓ ਹਲਾ ਲਿਓ ਸਿਰ ਚਾਓ ਹਲਾ ਲਿਓ ਵਾਅਦਾ ਕਿਹੜਾ ਕੀਤਾ ਏ ਤੇਰੇ ਜ਼ਰਰੋਂ ਸੇ ਸ਼ਮਸ ਨਿਕਲੇਗਾ ਤੇਰੀ ਚੌਖਟ ਪੇ ਚਾਂਦ ਚਮਕੇਗਾ ਤੇਰੇ ਜ਼ਰਰੋਂ ਸੇ ਸ਼ਮਸ ਨਿਕਲ ਸੁਣੀ 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 ਤੇਰੀ ਚੌਖਟ ਪੇ ਚਾਂਦ ਚਮਕੇਗਾ ਮੇਰੇ ਸਜਦੇ ਕੀ ਬਸ ਖੁਮਾਰੀ ਸੇ ਤੁਮੇ ਖਾਲਕ ਵੀ ਅਰਸ਼ ਸਮਝੇਗਾ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਅੱਲਾਹ ਅਕਬਰ ਅੱਲਾਹ ਹੱਥਾਂ ਨੂੰ ਸਲਾਮ ਹੈ ਬਿਸਲਾ ਕਰਾ ਬਾਬਾ ਜਾਲ ਤੁਹਾਨੂੰ ਸਲਾਮਤ ਖੁਦਾ ਦੀ ਕਸਮ ਮੁੱਲ ਪਾ ਛੜਿਆ ਜੇ ਸਾਰੀ ਥਕਾਵਟ ਲੈ ਗਈ ਸੁਬਾਹ ਦੀ ਸਿਰ ਚੋਂ ਹਲਾ ਲਿਓ ਕਰਬਲਾ ਦੀ ਸਰਜ਼ਮੀਨ ਵਾਲੇ ਮਾਮੇ ਵਾਲੀ ਮੁਕਾਮ ਵਾਅਦਾ ਕਿਹੜਾ ਕੀਤਾ ਏ ਤੇਰੇ ਜ਼ਰਰੋਂ ਸੇ ਸ਼ਮਸ ਨਿਕਲੇਗਾ ਤੇਰੀ ਚੌਖਟ ਪੇ ਚਾਂਦ ਚਮਕੇਗਾ ਤੇਰੇ ਜ਼ਰਰੋਂ ਸੇ ਸ਼ਮਸ ਨਿਕਲੇਗਾ ਤੇਰੀ ਚੌਖਟ ਪੇ ਚਾਂਦ ਚਮਕੇਗਾ ਮੇਰੇ ਸਜਦੇ ਕੀ ਬਸ ਖੁਮਾਰੀ ਸੇ ਤੁਮੇ ਖਾਲਕ ਵੀ ਅਰਸ਼ ਸਮਝੇਗਾ ਤੁਮੇ ਖਾਲਕ ਵੀ ਅਰਸ਼ ਸਮਝੇਗਾ ਤੂੰ ਸ਼ਿਫਾ ਬਾਂਟੇ ਅਬ ਜ਼ਮਾਨੇ ਮੇਂ ਤੁਮੇ ਆਖੋਂ ਮੇਂ ਅਬ ਬਸਾਇਆ ਹੈ ਦਸ ਕੁਦਰਤ ਸੇ ਲਿਖ ਰਹਾ ਹੂੰ ਮੈਂ ਮੇਰੇ ਅਕਬਰ ਕੀ ਤੂੰ ਰਿਆਇਆ ਹੈ ਕਿਆ ਬਾਤ ਹੈ ਕਿਆ ਬਾਤ ਹੈ ਮੌਲਾ ਸਲਾਮਤ ਰੱਖੇ ਚਾਚਾ ਰਾਜ਼ੀ ਹੈ ਚਾਚਾ ਰਾਜ਼ੀ ਹੋ ਗਿਆ ਅੱਛਾ ਚਲੋ ਬਿਸਮਿਲਲਾ ਮੌਲਾ ਤੁਹਾਨੂੰ ਸਲਾਮਤ ਰੱਖੇ ਨਹੀਂ ਚਾਚੇ ਚਾਚਾ ਪਰੇਸ਼ਾਨੀ ਖਤਮ ਹੋ ਗਈ ਅੱਜ ਹੋਣਾ ਦੀਦਾਰੇ ਅਲਮਾ ਵਾਲੇ ਦਾ ਅੱਜ ਹੋਣਾ ਦੀਦਾਰੇ ਅਲਮਾ ਵਾ ਬੋਲੋ ਬੋਲੋ ਨਿਰਾਲ ਕਲੰਦਾ ਦੀਦਾਰੇ ਅਲਮਾ ਵਾਲੇ ਦਾ ਅੱਜ ਹੋਣਾ ਦੀਦਾਰੇ ਅਲਮਾ ਵਾਲੇ ਦਾ ਅੱਜ ਹੋਣਾ ਦੀਦਾਰੇ ਅਲਮਾ ਵਾਲੇ ਦਾ ਅੱਜ ਹੋਣਾ ਦੀਦਾਰੇ ਅਲਮਾ ਵਾਲੇ ਦਾ ਸ਼ਬਾਨ ਦਾ ਦਿਲ ਹੈ ਆਇਆ ਹਸਨ ਹੁਸੈਨ ਨੇ ਜਸ਼ਨ ਮਨਾਇਆ ਹਸਨ ਹੁਸੈਨ ਨੇ ਜਸ਼ਨ ਮਨਾਇਆ ਜ਼ੈਨਬ ਨੇ ਹੱਥਾਂ ਤੇ ਜਾਇਆ ਜ਼ੈਨਬ ਨੇ ਹੱਥਾਂ ਤੇ ਜਾਇਆ ਵਖਰਾ ਹੈ ਮਈਆਰ ਅਲਮਾ ਵਾਲੇ ਦਾ ਓਏ ਹੋਏ 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 ਜ਼ਿੰਦਗੀ ਹੋਵੇ ਜੇ ਕਿਆ ਬਾਤ ਹੈ ਕਿਆ ਬਾਤ ਹੈ ਮੌਲਾ ਸਲਾਮਤ ਰੱਖੇ ਤੁਹਾਡੀ ਦੁਆ ਹੈ ਸਈਦ ਮਾਮੇ ਜ਼ਮਾਨਾ ਸਲਾਮਤ ਰੱਖੇ ਸਭ ਕੁਝ ਤੁਹਾਡਾ ਕਿਬਲਾ ਜਨਾਬ ਸੈਯਦ ਆਸਾ ਜ਼ਿੰਦਗੀ
ਜਾਵੇ ਚਾਰ ਸ਼ਬਾਨ ਦਦਲ ਹੈ ਆਇਆ ਹੱਥ ਖੋਲ ਲੈ ਓਏ ਹੱਥ ਖੋਲ ਲੈ ਓਏ ਛੁੱਟੇ ਸੂਟ ਆ ਲਿਆ ਮੈਂ ਚਾਰ ਸ਼ਬਾਨ ਦਾ ਨਾਂ ਲੈ ਰਿਹਾ ਸਿੰਧੀ ਆਵੇ ਜੇ ਚਾਰ ਸ਼ਬਾਨ ਦਦਲ ਹੈ ਆਇਆ ਚਾਰ ਸ਼ਬਾਨ ਦਦਲ ਹੈ ਆਇਆ ਹਸਨ ਹੁਸੈਨ ਨੇ ਜਸ਼ਨ ਮਨਾਇਆ ਹਸਨ ਹੁਸੈਨ ਨੇ ਜਸ਼ਨ ਮਨਾਇਆ ਜ਼ੈਨਬ ਨੇ ਹੱਥਾਂ ਤੇ ਜਾਇਆ ਜ਼ੈਨਬ ਨੇ ਹੱਥਾਂ ਤੇ ਜਾਇਆ ਵਖਰਾ ਹੈ ਮਈਆਰ ਅਲਮਾ ਵਾਲੇ ਦਾ ਮਾਲਿਕ ਸਲਾਮਤ ਰੱਖੇ ਲਓ ਜੀ ਪੂਰੀ ਕਾਇਨਾਤ ਪੈਰਾਂ ਤੇ ਖਲੋ ਜਾਏ ਬਾਬਾ ਸਕਲੈਨ ਸ਼ਾਹ ਜਿਹੜੇ ਬੰਦੇ ਜਸ਼ਨ ਮਨਾਉਣ ਆਏ ਨੇ ਗੱਲ ਉਹਨਾਂ ਬੰਦਿਆਂ ਦੇ ਲਾਲੇ ਦੂਏ ਬੰਦੇ ਨਾਲ ਗੱਲ ਹੀ ਨਹੀਂ ਸਿਰ ਚੋਂ ਹਲਾ ਲਿਓ ਜੰਨਤ ਦੀ ਨਹੀਂ ਖੁਸ਼ਬੂ ਚਖਨੀ ਜਿਹਨਾਂ ਸਿਰ ਲਾਇਆ ਤੁਹਾਡਾ ਵੀ ਸੁਭਾਨ ਅੱਲਾ ਸਿਰ ਚੋਂ ਹਲਾ ਲਿਓ ਜੰਨਤ ਦੇ ਨਹੀਂ ਖੁਸ਼ਬੂ ਚਖਨੀ ਜੰਨਤ ਦੇ ਨਹੀਂ ਖੁਸ਼ਬੂ ਚਖਨੀ ਜਾ ਜਾ ਤੇ ਤੈਨੂੰ ਲਾਨਤ ਲਭਣੀ ਜਾ ਜਾ ਤੇ ਤੈਨੂੰ ਲਾਨਤ ਲਭਣੀ ਮਾਂ ਤੇਰੀ ਦੀ ਇੱਜ਼ਤ ਖੱਟਣੀ ਮਾਂ ਤੇਰੀ ਦੀ ਇੱਜ਼ਤ ਖੱਟਣੀ ਜੇ ਕੀਤਾ ਇਨਕਾਰ ਅਲਮਾ ਵਾਲੇ ਦਾ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਾਰੇ ਬੋਲੋ ਸਾਰੇ ਬੋਲੋ ਤੁਸੀਂ ਵੀ ਬੋਲੋ ਜਰਾ ਥੋੜਾ ਜ਼ੋਰ ਲਾਓ ਪਤਾ ਚੱਲੇ ਜਸ਼ਨ ਚਾਚਾ ਰਾਜੀ ਜੀ ਕਰਾ ਇਨਾਮ ਦੇ ਕੇ ਨੀ ਤੁਸੀਂ ਆਖਿਆ ਮੁਕਰਰ ਜ਼ਿੰਦਗੀ ਹੋਵੇ ਜੇ ਜਹਾਜ ਸਭ ਕੁਛ ਤੁਹਾਡਾ ਅੱਛਾ ਜੀ ਠੀਕ ਆਪਣੇ ਸਾਰੇ ਪੈਸੇ ਉਹਨਾਂ ਨੂੰ ਫੜਾ ਦਿਓ ਤੁਸੀਂ ਜ਼ਿੰਦਗੀ ਹੋਵੇ ਜੇ ਜਾ ਜਾ ਤੇ ਤੈਨੂੰ ਲਾਨਤ ਲੱਭਣੀ ਜਾ ਜਾ ਤੇ ਤੈਨੂੰ ਲਾਨਤ ਲੱਭਣੀ ਜ਼ਿੰਦਗੀ ਹੋਵੇ ਜੇ ਪਹਿਲੀ ਲਾਈਨ ਤੇ ਮੈਂ ਤੁਹਾਡੇ ਨਾਮ ਦੇ ਚੱਕਰਾਂ 'ਚ ਭੁੱਲ ਹੀ ਗਿਆ ਜੰਨਤ ਦੀ ਨਹੀਂ ਖੁਸ਼ਬੂ ਚਖਣੀ ਐ ਹੁਣ ਜੇ ਹੁਣ ਲਾਨਤ ਦਾ ਮਜ਼ਾ ਹੈ ਸਿਰ ਚੋਂ ਹਲਾ ਲਿਓ ਜੰਨਤ ਦੇ ਨਹੀਂ ਖੁਸ਼ਬੂ ਚਖਣੀ ਜੰਨਤ ਦੇ ਨਹੀਂ ਖੁਸ਼ਬੂ ਚਖਣੀ ਜਾ ਜਾ ਤੇ ਤੈਨੂੰ ਲਾਨਤ ਲੱਭਣੀ ਜਾ ਜਾ ਤੇ ਤੈਨੂੰ ਲਾਨਤ ਲੱਭਣੀ ਮਾਂ ਤੇਰੀ ਦੀ ਇੱਜ਼ਤ ਖੱਟਣੀ ਮਾਂ ਤੇਰੀ ਦੀ ਇੱਜ਼ਤ ਖੱਟਣੀ ਜੇ ਕੀਤਾ ਇਨਕਾਰ ਅਲਮਾ ਵਾਲੇ ਦਾ ਮੌਲਾ ਸਲਾਮਤ ਰੱਖੇ ਜੇ ਜਨਾਬੇ ਸੈਯਦਾ ਇਹਨਾਂ ਹੱਥਾਂ ਨੂੰ ਇਮਾਮੇ ਜ਼ਮਾਨਾ ਦੇ ਕਦਮਾਂ ਤੇ ਲਾਵੇ ਪਾਕ ਬੀਬੀ ਤੁਹਾਨੂੰ ਬਸਾ ਰੱਖੇ ਸ਼ਾਹ ਜੀ ਰਾਜ਼ੀ ਬੈਠੇ ਹੋ ਚਲੋ ਮੈਂ ਦੋ ਕਸੀਦੇ ਇਮਾਮ ਹੁਸੈਨ ਦੇ ਪੜ੍ਹੇ ਨੇ ਇੱਕ ਕਸੀਦਾ ਸ਼ਾਹ ਜੀ ਪੜ੍ਹਿਆ ਹੈ ਮੌਲਾ ਗਾਜ਼ੀ ਅਤੇ ਇਮਾਮ ਹੁਸੈਨ ਦਾ ਇਕੱਠਾ ਚਾਰ ਕਸੀਦੇ ਹੋ ਗਏ ਇੱਕ ਮੌਲਾ ਗਾਜ਼ੀ ਦਾ ਹੋਰ ਪੜ੍ਹਦੇ ਹਾਂ ਮਸ਼ਵਰੇ ਹੈ ਹੁਣ ਜਿਹੜੇ ਮੌਲਾ ਗਾਜ਼ੀ ਦੇ ਮਰੀਦ ਬੈਠੇ ਹੋ ਬਹੁਤ ਸ਼ੁਕਰੀਆ ਭਾਈ ਮਸ਼ਵਰੇ ਹੈ ਨਿਰਾਲੇ ਅਲਮਾ ਵਾਲੇ ਦੇ ਦੀਵੇ ਜਬਾਲੇ ਮਸ਼ਵਰੇ ਹੈ ਨਿਰਾਲੇ ਅਲਮਾ ਵਾਲੇ ਦੇ ਦੀਵੇ ਜਬਾਲੇ ਮਸ਼ਵਰੇ ਹੈ ਸ਼ਾਹ ਜੀ ਮੁਬਾਰਕ ਜੀ ਸ਼ਾਰਾ ਮੈਨੂੰ ਦੁਆਵਾਂ ਮੈਂ ਦਿੱਤੀਆਂ ਉਹਨਾਂ ਆਖਿਆ ਸਰਾਤ ਇਸ ਟਾਈਮ ਪਹਿਲੇ ਨੰਬਰ 'ਤੇ ਆ ਗਏ ਚਾਚਾ ਰਾਜ਼ੀ ਹੈ ਮਸ਼ਵਰੇ ਹੈ ਇਹ ਨਿਰਾਲੇ ਅਲਮਾ ਵਾਲੇ ਦੇ ਦੇਵੇ ਜਬਾਲੇ ਮਸ਼ਵਰੇ ਹੈ ਇਹ ਨਿਰਾਲੇ ਜਿਹੜੇ ਜਸ਼ਨ ਮਨਾਏ ਨੇ ਬੋਲੇ ਬੋਲੇ ਅਲੀ ਲਾਲ ਕਾਲੰਡਰ ਮਸ਼ਵਰੇ ਹੈ ਇਹ ਨਿਰਾਲੇ ਅਲਮਾ ਵਾਲੇ ਦੇ ਦੇਵੇ ਜਬਾਲੇ ਮਸ਼ਵਰੇ ਹੈ ਇਹ ਨਿਰਾਲੇ ਤੁਹਾਡਾ ਹੱਥ ਆਈ ਮੇਰੇ ਵਾਸਤੇ ਬਹੁਤ ਬੜੀ ਹੈ ਦੇ ਦੇਵੇ ਦੀਵੇ ਜਬਾਲੇ ਮੋਨਾ ਹੋਸੇ ਮਾਜ ਚਕਾਲੇ ਅਲਮਾ ਵਾਲੇ ਦੇ ਦੀਵੇ ਜਬਾਲੇ ਮੋਨਾ ਹੋਸੇ ਮਾਜ ਚਕਾਲੇ ਅਲਮਾ ਵਾਲੇ ਦੇ ਦੀਵੇ ਜਬਾਲੇ ਮੋਨਾ ਹੋਸੇ ਮਾਜ ਚਕਾਲੇ ਅਲਮਾ ਵਾਲੇ ਦੇ ਦੀਵੇ ਜਬਾਲੇ ਅੰਬਿਆ ਦੇਖੇ ਕਰਮ ਹੁਸੈਨ ਦਾ ਓ ਗਾਜ਼ੀ
پوچھ لیو کہ مزہ آیا جشن دا؟ انج پڑھی دا جے جشن. اچھا جی چلو تاڑی زندگی. یہ مینو نہیں سمجھ آ سکتی، یہ گونگیا نو سمجھ آ سکتی. تاڑی کیا بات، تاڑی کیا بات ہے؟ اچھا او دردی سیون دی جسو کیچ. چاچا تیری خیر ہوئے، رحمت دیا چلن ہوا، رحمت دیا چلن ہوا، ات پتر لیا دیا ماوا دھرتی سے. بولو بولو نیلال کالندر ہمرا، ساوا وچ وسدا اے سخی لال کلندر، سب جھولیاں بھردا اے لجپال کلندر، سخی لال کلندر مس مس جھول لال کل مس مس سخی لال کا جڑا جشن منانا اے اپنے پیراں تے کھلو کے پوری پاور نہ بولو بولو ہری لال کلندر. بڑی مہربانی.